बीते दिन ही पुंछ दे संगरोट दे विच आर्मी दी गड्डी दे उते अतवादियां दे वलों किते हमले दौरान शहीद हुए जवाना दे विच बटाला दे नेड़ले पिंड तलवंडी पार्थवाल दा एक जवान शहीद होया जिन्हां दा नाम हरकिशन सिंह सी। जी हाँ, शहीद कृष्ण सिंह जिसकी उम्र केवल 27 साल सी। 27 साल दा कृष्ण सिंह पुत्र मंगल सिंह वासी तलवंडी पार्थवाल बटाला 49 राष्ट्रीय राइफल सेवा निभा रहा सी। शहीद की खबर सुनदिया ही पिंड दे विच सोग दी लहर पैदा हो गई है। शहीद हरकृष्ण सिंह 2017 दे विच फौज दे विच भर्ती हुए सी अते शहीद अपने पिछे अपनी 3 साल की बेटी भी छड गए। शहीद कृष्ण सिंह की पत्नी दलजीत कौर ने दसिया कि वीरवार को उन्होंने वीडियो कॉल के राही गलबात हुई सी अते उसके पति ने अपनी बेटी खुशप्रीत कौर के नाल वीडियो कॉल से लंबी चौड़ी गलबात भी की सी, पर नहीं पता सी कि शायद वीडियो कॉल के उत्ते यह आखिरी गलबात होगी। ਕੀ ਗੱਲਬਾਤ ਹੋਈ ਸੀ ਤੁਹਾਡੀ ਲਾਸਟ ਜਦੋਂ ਫੋਨ ਆਇਆ ਤੁਹਾਨੂੰ ਕਾਲ? ਬਸ ਨਾਰਮਲ ਗੱਲਬਾਤ, ਹਾਲ ਚਾਲ ਪੁੱਛਿਆ, ਬੱਚੇ ਬਾਰੇ ਪੁੱਛਿਆ, ਠੀਕ ਠਾਕ ਆ ਸਭ, ਬੱਚੇ ਨਾਲ ਗੱਲ ਕੀਤੀ ਸੀਗੀ। ਉਹਨਾਂ ਨੇ ਕਦੀ ਉੱਥੋਂ ਦੇ ਹਾਲਾਤਾਂ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੇ ਹਾਲਾਤ ਉੱਥੇ ਖਰਾਬ ਨੇ ਜਾਂ ਇਸ ਤਰ੍ਹਾਂ ਅਕਸਰ ਗੋਲੀਬਾਰੀ ਜਿਹੜੀ ਚੱਲਦੀ ਰਹਿੰਦੀ ਹੈ ਅੱਤਵਾਦੀਆਂ ਦੇ ਨਾਲ? ਹਾਂਜੀ, ਇਹ ਤਾਂ ਮਤਲਬ ਪਤਾ ਹੀ, ਉੱਧਰ ਮਾਹੌਲ ਤਾਂ ਖਰਾਬ ਹੀ ਰਹਿੰਦਾ। ਕੀ ਬਣਾਉਣਾ ਚਾਹੁੰਦੇ ਸਭ ਆਪਣੇ ਬੱਚਿਆਂ ਨੂੰ? ਬੱਚੇ ਨੂੰ IPS ਅਫਸਰ ਬਣਾਉਣਾ ਚਾਹੁੰਦੇ। IPS ਕਿਸ ਤਰ੍ਹਾਂ ਹੁਣ ਤੁਸੀਂ ਮਹਿਸੂਸ ਕਰ ਰਹੇ ਜਦੋਂ ਤੁਹਾਨੂੰ ਉਹਨਾਂ ਦੀ ਸ਼ਹਾਦਤ ਦੀ ਜਿਹੜੀ ਖਬਰ ਮਿਲੀ? ਬਹੁਤ ਬੁਰਾ ਹੋਇਆ ਮੇਰੀ ਨਾਲ ਜੀ, ਨਹੀਂ ਨਾਲ ਸਕਦੇ। ਮੇਰਾ ਨਾਮ ਮੰਗਲ ਸਿੰਘ ਫੌਜੀ। ਮੰਗਲ ਸਿੰਘ ਜੀ, ਤੁਸੀਂ ਵੀ ਫੌਜ 'ਚ ਰਹੇ? ਹਾਂਜੀ। ਕਿਹੜੀ ਰੈਜੀਮੈਂਟ 'ਚ ਰਹੇ? ਮੈਂ 14 ਸਿੱਖਾਂ ਲਈ ਜੁੜਿਆ। ਹਾਂਜੀ, ਮੇਰਾ ਸੰਦੇਸ਼ ਇਹ ਆ ਸਾਰੇ ਦੇਸ਼ ਨੂੰ ਕਿ ਜਿਸ ਤਰ੍ਹਾਂ ਸਾਡਾ ਬੱਚਾ ਦੇਸ਼ ਦੀ ਸੇਵਾ ਕਰਦੇ ਹੋਏ ਉਗਰਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਏ ਨੇ, ਸਾਨੂੰ ਬਹੁਤ ਮਾਣ ਹੈ ਆਪਣੇ ਬੱਚੇ 'ਤੇ ਕਿ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਸ਼ਹੀਦ ਹੋਏ ਨੇ। ਇਸ ਤਰ੍ਹਾਂ ਸਾਰੇ ਬੱਚੇ ਜਿੰਨੇ ਵੀ ਹੈਗੇ ਆ ਆਪਣੇ ਦੇਸ਼ ਕੌਮ ਦੀ ਸੇਵਾ ਕਰਦੇ ਰਹਿਣ, ਅਤੇ ਦੂਜਾ ਹਰ ਇੱਕ ਚੀਜ਼ ਤੋਂ, ਮਾੜੇ ਕੰਮਾਂ ਤੋਂ ਬਚ ਕੇ ਰਹਿਣ, ਨਸ਼ਿਆਂ ਤੋਂ ਵੀ ਬਚ ਕੇ ਰਹਿਣ, ਬਸ ਮੇਰਾ ਇਹ ਸੰਦੇਸ਼। ਆਪਣੇ ਕਿੰਨੇ ਬੱਚੇ ਹੋ? 3 ਬੱਚੇ। ਇਹ ਜਿਹੜਾ ਬੱਚਾ ਤੁਹਾਡਾ ਸ਼ਹੀਦ ਹੋਇਆ, ਇਹਦੇ ਕਿੰਨੇ ਬੱਚੇ? ਇਹਦੇ ਇੱਕ ਗੁੱਡੀ ਆ 1.5 ਸਾਲ ਦੀ, ਅਤੇ ਇੱਕ ਬੱਚਾ ਉਹਨਾਂ ਦੇ ਪੇਟ 'ਚ ਉਹਦੇ 5-4 ਮਹੀਨੇ ਦਾ। ਲਾਸਟ ਜਿਹੜੀ ਗੱਲ ਹੋਈ ਹੈ ਤੁਹਾਡੀ ਕਦੋਂ ਹੋਈ ਸੀ? ਲਾਸਟ ਸਾਡੀ ਕੱਲ੍ਹ ਗੱਲ 12 ਵਜੇ ਹੋਈ ਹੈ, ਉਹਨਾਂ ਨੇ ਵੀਡੀਓ ਕਾਲ ਕੀਤੀ। ਉਹ ਇਹ ਕਹਿ ਰਹੇ ਸੀ ਵੀ ਰਾਜੀ ਖੁਸ਼ੀ ਪੁੱਛਿਆ ਵੀ ਕੀ ਹਾਲ ਲੈਡੀ ਜੀ, ਮੰਮੀ ਆਪਣੀ ਨਾਲ ਗੱਲ ਕੀਤੀ ਅਤੇ ਰੋਟੀ ਖਾ ਲਈ? ਮੈਂ ਹਾਂ ਖਾ ਲਈ। ਮਾਂ ਨੂੰ ਪੁੱਛਿਆ, ਉਹਨੇ ਹੱਸਣ ਡਿਆ ਸੀ, ਕੋਟ ਕਾਟ ਪਾਇਆ ਉਹਨੇ ਪੂਰਾ ਠੰਡ ਵਾਲਾ, ਅਤੇ ਮੈਂ ਉਹਦੇ ਨਾਲ ਹੱਸ ਰਿਹਾ ਸੀ, ਕਿਹਾ ਵੀ ਤੈਨੂੰ ਬੜੀ ਠੰਡ ਲੱਗਣ ਡਈ ਆ, ਤੂੰ ਕੋਟ ਪਾਏ ਆ। ਹੱਸ ਕੇ ਕਹਿੰਦਾ ਸੀ ਤਾਂ ਸਵੇਰ ਦਾ ਮੀਂਹ ਪੈਣ ਡਿਆ ਸੀ। ਬਸ ਉਹੀ ਲਾਸਟ ਗੱਲ। ਬਚਪਨ ਦੇ ਵਿੱਚ ਹਰਕ੍ਰਿਸ਼ਨ ਕਿਸ ਤਰ੍ਹਾਂ ਦੀ ਸੀ ਉਹਨਾਂ ਦੀ? ਬਚਪਨ 'ਚ ਹੀ ਸੰਤਾਂ 'ਚ ਹੀ ਪੈਰ ਰੱਖਦੇ ਸੀਗੇ, ਧੂਣੀ ਲਾ ਕੇ ਬੈਠ ਜਾਣਾ ਉਹਨਾਂ ਨੇ, ਫਿਰ ਚੌਂਕੜੀ ਮਾਰ ਕੇ ਬਹੁਤ ਚਿਰ ਤੱਕ ਆਪਣੇ ਆਪ, ਛੋਟਾ ਜਿਹਾ ਬੱਚਾ 2 ਕੁ ਸਾਲ ਦਾ ਹੀ ਸੀ ਜਦੋਂ ਉਹਨੇ ਧੂਣੀ ਲਾ ਕੇ ਬੈਠ ਜਾਣਾ, ਅਤੇ ਫਿਰ ਕਹਿਣਾ ਮੈਨੂੰ ਕਵਾਇਓ ਨਾ, ਮੈਂ ਆਪਣੀ ਭਗਤੀ 'ਤੇ ਬਹਿਣ ਲੱਗਾ, ਮੈਨੂੰ ਨਹੀਂ ਕਵਾਉਣਾ ਕਿਸੇ ਨੇ ਵੀ। ਅਤੇ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਫਿਰ ਕਹਿੰਦਾ ਮੈਂ ਤਾਂ ਅਫਸਰ ਬਣਨਾ, ਪੜ੍ਹ ਕੇ ਲਿਖ ਕੇ ਮੈਂ ਸਕੂਲ ਵੀ ਜਾਇਆ ਕਰਨਾ, ਅਤੇ ਮੈਂ ਬਹੁਤ ਵੱਡਾ ਅਫਸਰ ਬਣ ਕੇ ਵਿਖਾਉਣਾ ਤੁਹਾਨੂੰ, ਮੰਮੀ ਤੁਸੀਂ ਮੈਨੂੰ ਵੇਖਿਓ, ਮੈਂ ਦੂਸਰੇ ਵੀਰਾਂ ਵਰਗਾ ਨਹੀਂ ਹੋਣਾ, ਮੈਂ ਇੰਨਾ ਬੱਚਾ ਚੰਗਾ ਬਣੂੰਗਾ ਕਿ ਸਾਰੀ ਦੁਨੀਆ ਮੇਰੀ ਸੋਭਾ ਕਰਦੀ, ਮੁੱਖ ਥੱਕੇਗਾ ਉਹਨਾਂ ਦਾ। ਪਰ ਹੁਣ ਮੈਂ ਆਪਣੀ ਪੋਤੀ ਨੂੰ ਗਈ ਸੀ ਦਾਖਲ ਕਰਾਉਣ, ਸਰ ਵੀ ਕਹਿੰਦੇ ਆ ਕਿ ਵੀ ਇਹ ਹਰਕ੍ਰਿਸ਼ਨ ਹੀ ਹੈ, ਪਹਿਲਾ ਬੱਚਾ ਵੇਖਿਆ ਸਕੂਲ ਦੇ ਵਿੱਚ ਜਿਹੜਾ ਸਾਨੂੰ ਮਿਲਣ ਹੁੰਦਾ, ਔਰ ਇੰਨਾ ਚੰਗਾ ਬੱਚਾ ਆ, ਆਪਣੀ ਪੜ੍ਹਾਈ ਕਰਕੇ ਵੀ ਨਾਮ ਲੈ ਕੇ ਫਿਰ ਨੌਕਰੀ ਵੀ ਲੱਗ ਕੇ ਫਿਰ ਵੀ ਸਾਨੂੰ ਮਿਲਣ ਆਉਂਦੇ ਨੇ, ਇਹੋ ਜਿਹਾ ਬੱਚਾ ਮੈਂ ਪਹਿਲੀ ਵਾਰੀ ਵੇਖਿਆ, ਸਰਾਂ ਨੇ ਇਸ ਤਰ੍ਹਾਂ ਕਿਹਾ ਮੈਨੂੰ।